ਅੱਜ ਜੀ 10 ਕੁ ਵਜੇ ਦੇ ਨਾਲ ਪਿੰਡ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦਾ ਆਪਾਂ ਇੱਥੋਂ ਅੱਡੇ 'ਚ ਉਹ ਗੁਰਦੁਆਰਾ ਸਾਹਿਬ ਨਗਰ ਕੀਰਤਨ ਪਿੰਡ ਦੇ ਦੁਆਲੇ ਆਰੰਭ ਕੀਤਾ। ਗੁਰਦੁਆਰਾ ਭਲਾਈ ਸਾਹਿਬ ਜਾਣਾ ਸੀ ਅਤੇ ਜਿਹੜੇ ਸਾਡੇ ਬਾਬਾ ਜੀ ਗ੍ਰੰਥੀ ਸਾਹਿਬ ਆ ਇਹਨਾਂ ਦਾ ਲੜਕਾ 22 ਸਾਲ ਦਾ ਸੀ ਅਤੇ ਉਹ ਨਾਲ ਪਾਲਕੀ ਦੇ ਪ੍ਰਸ਼ਾਦ ਬਰਤਨ ਦਾ ਜਾ ਰਿਹਾ ਸੀ ਅਤੇ ਪਾਲਕੀ ਨੂੰ ਉੱਤੋਂ ਤਾਰ ਲੱਗ ਗਈ ਬਿਜਲੀ ਦੀ ਅਤੇ ਸਾਰੀ ਪਾਲਕੀ ਦੇ ਵਿੱਚ ਸ਼ਾਟ ਆ ਗਿਆ। ਉਹਦਾ ਹੱਥ ਨਾਲ ਹੀ ਉਹਨੂੰ ਮੌਕਾ ਦਿੱਤੇ ਉਹਨੇ ਦਮ ਤੋੜ ਦਿੱਤੇ। ਐਡਾ ਜ਼ਬਰਦਸਤ ਕਰੰਟ ਲੱਗਾ ਉਹਨੂੰ। ਕਿੰਨੀ ਕੁ ਉਮਰ ਸੀ? 22 ਸਾਲ ਦੀ ਉਮਰ ਸੀ। ਘਰ ਦੇ ਵਿੱਚ ਉਹਨਾਂ ਦੇ ਵਿਚਾਰੇ ਮਾਤਾ ਪਿਤਾ ਹੀ ਆ, ਇਕੱਲਾ ਹੀ ਬੇਟਾ ਸੀ, ਉਹਨਾਂ ਦੀ ਬੇਟੀ ਵਿਆਹੀ ਹੋਈ ਹੈ। ਇਹ ਸਾਰੇ ਪਿੰਡ 'ਚ ਇਸ ਤਰ੍ਹਾਂ ਦੀ ਤਾਰਾਂ ਨੀਵੀਆਂ ਨੇ ਅਤੇ ਅਸੀਂ ਤਾਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਵਿਚਾਰੇ ਮਹਾਤੜੀ ਆ, ਬੰਦੇ ਗਰੀਬ ਨੇ, ਇਹਨਾਂ ਦੀ ਕੋਈ ਮਦਦ ਕੀਤੀ ਜਾਵੇ। ਦਲਵਿੰਦਰ ਸਿੰਘ ਕਿਹੜੀ ਜਗ੍ਹਾ? ਬਟਾਲਾ ਗ੍ਰੰਥ ਵਿਸ਼ਰਾਮ ਘਰ, ਆਪਣੇ ਗ੍ਰੰਥ ਦੀ ਡਿਊਟੀ ਆ ਆਪਣੇ। ਸਵੇਰੇ 11:45 ਵਜੇ 10:30 ਵਜੇ ਮੇਰਾ ਖਿਆਲ ਵੀ ਨਗਰ ਕੀਰਤਨ ਚੱਲਿਆ। ਜਦੋਂ ਆਪਣੇ ਵੱਡੇ ਗੁਰਦੁਆਰੇ ਸਾਨੂੰ ਜਦੋਂ ਅੱਗੇ ਅਗਲੇ ਪਾਸੇ ਗਏ ਹਾਂ, ਤਾਰਾਂ ਥੋੜ੍ਹੀਆਂ ਨੀਵੀਆਂ ਸੀ, ਉਹ ਟਰਾਲੀ ਦੇ ਨਾਲ ਅਟੈਚ ਹੋ ਗਈ, ਟਰਾਲੀ ਸਾਰੀ ਸਾਂਡ ਹੋ ਗਈ। ਇਹ ਟਰਾਲੀ ਦੇ ਨਾਲ ਨਾਲ ਹੀ ਇੱਥੋਂ ਨਿਕਲਿਆ ਨਹੀਂ ਗਿਆ, ਬਾਕੀ ਹੋਰ ਵੀ ਕਈਆਂ ਨੂੰ ਕਰੰਟ ਗਿਆ, ਪਰ ਇਹ ਤਾਂ ਪਤਾ ਉਦੋਂ ਹੀ ਲੱਗਾ ਜਦੋਂ ਥੱਲੇ ਡਿੱਗ ਪਿਆ। ਮੈਨੂੰ ਪਤਾ ਲੱਗਾ, ਮੈਂ ਤਾਂ ਉਹ ਆਪਣੇ ਭੱਜ ਕੇ ਅੱਗੇ ਗਿਆ, ਫਿਰ ਚੁੱਕਿਆ ਜਾਂਦਾ, ਫਿਰ ਖੜਿਆ, ਹਸਪਤਾਲ ਵੀ ਖੜਿਆ ਦੋ ਤਿੰਨ ਜਗ੍ਹਾ, ਪਰ ਨਹੀਂ, ਖਤਮ ਹੋ ਗਿਆ, ਹੋਸ਼ ਨਹੀਂ ਕੀਤੀ। ਹਾਂਜੀ, ਮੈਂ ਇਕੱਲਾ ਇਕੱਲਾ ਬੇਟਾ। ਕਿੰਨੀ ਕੁ ਉਮਰ ਸੀ? 23 ਸਾਲ ਸ਼ੁਰੂ ਹੋਈ। ਕਾਹਦਾ ਕੰਮ ਕਰਦੇ ਸੀ? ਐਸੇ ਨਹੀਂ ਦਾ ਕੰਮ ਕਰਦੇ, ਸਰਕਾਰ ਸੇਵਾ ਕਰਦੇ। ਹਰ ਸਾਲ ਸੇਵਾ ਕਰਦੇ? ਹਾਂਜੀ ਹਾਂਜੀ, ਹਰ ਸਾਲ ਸੇਵਾ ਕਰਦੇ, ਬੱਚੇ ਸਾਰੇ ਇੱਥੇ ਕਰਦੇ ਸੇਵਾ।